ਅਸੀਂ ਸਾਡਾ ਯੋਧਾ ਦਾ ਅੱਜ ਜਨਮ ਦਿਨ ਆ ਸਾਡਾ ਦੀਪ ਸਿੱਧੂ ਮੈਂ ਇੱਥੇ ਆਈ ਹਾਂ ਅੱਜ ਦਰਸ਼ਨ ਲਈ ਐਂਡ ਅੱਜ ਅਸੀਂ ਯੂਥ ਲਈ ਅਸੀਂ ਬਹੁਤ ਵਧੀਆ ਗਿਫਟਸ ਲਏ ਆ ਫੋਰ ਐਜੂਕੇਸ਼ਨ ਵਿੱਚ ਦੀਪ ਹਮੇਸ਼ਾ ਹਮੇਸ਼ਾ ਉਸ ਚੀਜ਼ ਦੇ ਬਾਰੇ ਗੱਲ ਕਰਦਾ ਸੀ ਫੋਕਸ ਕਰਦਾ ਸੀ ਟੂ and to teach our youth our kids it's really really important so ਇਹ ਚੀਜ਼ ਤੇ ਮੈਂ ਬੇਨਤੀ ਕਰਦੀ ਹਾਂ ਸੋਰੀ ਮੈਨੂੰ it's too much and this is really emotional for me ਅੱਜ ਦੀਪ ਇੱਥੇ ਹੈ ਨਹੀਂ ਪਰ ਅਸੀਂ ਸਾਰੀ ਸੰਗਤ ਦੀਪ ਲਈ you know we're praying for his soul ਦੀ ਆਤਮਾ ਲਈ ਸ਼ਾਂਤੀ and ਹੁਣ ਅਸੀਂ ਅੱਗੇ ਜਾ ਕੇ ਤੁਸੀਂ ਆਪ ਦਸਤਾਰ ਸਜਾ ਕੇ ਆਏ ਹੋ ਇੱਕ ਨਵਾਂ ਰੂਪ ਤੁਹਾਡਾ ਵੀ ਦੇਖਣ ਨੂੰ ਮਿਲਿਆ ਦਸਤਾਰ ਸਜਾਈਏ ਕਿ ਅੱਜ ਪਹਿਲੀ ਵਾਰ ਸ਼ਾਇਦ ਹਾਂਜੀ ਮੈਂ ਗੁਰੂ ਨੂੰ ਮਿਲਣ ਆਈ ਆ ਤਾਂ ਮੇਰੇ ਗੁਰੂ ਨੂੰ ਪਤਾ ਅੰਦਰੋਂ ਪਤਾ why I have this uniform on ਗੱਲ ਕੀਤੀ ਗਈ ਸੀ ਜਿਹੜਾ ਤੁਸੀਂ ਪੋਸਟ ਪਾਈ ਹੈ ਕਿ ਯੂਥ ਦੇ ਲਈ ਕੋਈ ਖਾਸ ਕਿਸੇ ਗਿਫਟ ਹੈ ਹਾਂਜੀ ਹਾਂਜੀ ਅਸੀਂ ਉਹਨਾਂ ਲਈ ਬੈਕਪੈਕਸ ਲੈ ਕੇ ਆਏ ਆ ਐਂਡ ਅੰਦਰ ਇੱਕ ਨੋਟਬੁੱਕ ਹੈਗੀ ਹੈ ਕਿਤੇ ਦੀਪ ਦੀ ਫੋਟੋ ਵੀ ਹੈਗੀ ਹੈ ਉਹਦੇ ਉੱਪਰ ਐਂਡ ਇੱਕ ਕੋਟ ਵੀ ਲਿਖਿਆ ਉਹਦੇ ਵਿੱਚ ਐਜੂਕੇਸ਼ਨ ਇਜ਼ ਵੈਰੀ ਇੰਪੋਰਟੈਂਟ ਹਨ ਅਸੀਂ ਹੁਣ ਅਸੀਂ ਸਾਰੇ ਯੂਥ ਨੂੰ ਉਹ ਦੇਵਾਂਗੇ ਅਸੀਂ ਬਾਹਰ ਦੇਵਾਂਗੇ ਆਈ ਥਿੰਕ ਵੀ ਦ ਫਾਊਂਟੇਨ ਆ ਹਨਾ ਉਧਰ ਅਸੀਂ ਤੁਸੀਂ ਉੱਥੇ ਵੀ ਜਾ ਸਕਦੇ ਹੋ ਗੋ ਸ਼ੋ ਯੂ ਅੱਜ ਅੱਜ ਯੂਥ ਨੂੰ ਮੈਸੇਜ ਕੀ ਹੈ ਯੈਸ ਯੂਥ ਨੂੰ ਇਹ ਹੈ ਕਿ ਤੁਸੀਂ ਅੱਗੇ ਦੀਪਤੀ ਲੈਗੇਸੀ ਅੱਗੇ ਲੈ ਕੇ ਜਾਓ ਉਹਦੀ ਸੋਚ ਤੇ ਲੈ ਕੇ ਜਾਓ ਸੌਰੀ ਦਿਸ ਰੀਲੀ ਇੰਪੋਰਟੈਂਟ ਉਹ ਆਈ ਡੋਨਟ ਵਾਂਟ ਟੂ ਟਾਕ ਅਬਾਊਟ ਉਹ ਟਾਪਿਕ ਇੱਥੇ ਨਹੀਂ ਅਸੀਂ ਦਰਬਾਰ ਸਾਹਿਬ ਦੇ ਵਿੱਚ ਗੱਲ ਕਰਨੀ ਕਲੋਜ਼ਲੀ ਐਸੋਸੀਏਟਿਡ ਵਿਦ ਦੀਪ ਸਿੱਧੂ ਹੀ ਫਾਰਮਡ ਆਰਗੇਨਾਈਜੇਸ਼ਨ ਵਾਰਿਸ ਪੰਜਾਬ ਦੇ ਐਂਡ ਨਾਓ ਦ ਸਰਕਮਸਟੈਂਸਸ ਅੰਡਰ ਵਿੱਚ देयर ਹੈਸ ਬੀਨ ਅ ਕ੍ਰੈਕਡਾਊਨ ਔਨ ਵਾਰਿਸ ਪੰਜਾਬ ਦੇ ਵਾਟ ਯੂ ਹੈਵ ਟੂ ਸੇ ਵੀ ਆਰ ਵੇਟਿੰਗ ਫਾਰ ਵਾਰਿਸ ਪੰਜਾਬ ਰਾਈਟ ਨਾਓ ਆਈ ਡੋਨਟ ਵਾਂਟ ਟੂ ਕਮੈਂਟ ਔਨ ਵਾਰਿਸ ਪੰਜਾਬ ਹੱਲੇ ਉਹ ਚੀਜ਼ ਦੇ ਬਾਰੇ ਮੈਂ ਨਹੀਂ ਗੱਲ ਕਰਨਾ ਮੰਗਦੀ ਬਿਕਾਜ਼ ਦਿਸ ਅ ਲੋਟ ਆਫ ਯੂ ਨੋ ਥਿੰਗਸ ਗੋਇੰਗ ਔਨ ਇਨ ਪੰਜਾਬ ਰਾਈਟ ਨਾਓ ਸੋ ਡੂ ਯੂ ਹੈਵ ਐਨੀ ਪਲਾਨਸ ਟੂ ਰਿਵਾਈਵ ਦ ਵਾਰਿਸ ਪੰਜਾਬ ਦੇ ਹੱਲੇ ਨਹੀਂ ਪਰ ਮੈਂ ਤੁਰੀ ਹਾਂ ਆਮ ਵਿਦ ਦੀਪ ਮੈਂ ਦੀਪ ਲੈ ਇੱਥੇ ਆਈ ਹਾਂ ਅੱਜ ਐਂਡ ਉਹਦਾ ਆਰਗੇਨਾਈਜੇਸ਼ਨ ਆ ਸੋ ਵੀ ਵੋ ਹਮੇਸ਼ਾ ਦੀਪ ਦੀ ਕਿਹੜੀ ਸੋਚ ਅਸੀਂ ਉਹਨੂੰ ਅੱਗੇ ਲੈ ਕੇ ਜਾਵਾਂਗੇ ਲੌਂਗ ਟਰਮ ਰਿਵਾਈਵਿੰਗ ਦੀ ਵਾਰਿਸ ਪੰਜਾਬ ਦੇ ਲੱਗਦਾ ਕਿ ਇਹ ਤੀਸਰੀ ਵਾਰ ਪੰਜਾਬ ਦੇ ਜਥੇਬੰਦੀ ਹੋਣ ਚਾਹੂਗੀ ਪਹਿਲੀ ਦੀਪ ਸਿੱਧੂ ਨੇ ਬਣਾਈ ਸੀ ਮੈਂ ਮੈਂ ਖੜੀ ਆ ਦੀਪ ਲਈ ਵੀ ਅੱਜ ਤਾਂ ਉਹਦੀ ਸੋਚ ਤੇ ਖੜੀ ਆ ਜਦ ਵਾਰਿਸ ਪੰਜਾਬ ਨੇ ਅੱਗੇ ਲੈ ਕੇ ਜਾਣਾ ਸਾਰੇ ਨੂੰ ਲੈਟਸ ਆਲ ਕਮ ਟੂਗੇਦਰ ਇਨ ਦੀਪ ਦੀ ਕਿਹੜੀ ਸੋਚ ਆ ਉਹ ਅੱਗੇ ਲੈ ਕੇ ਚੱਲੀਏ ਜਿਸ ਤਰੀਕੇ ਨਾਲ ਤੁਸੀਂ ਦਸਤਾਰ ਸਜਾ ਕੇ ਆਏ ਹੋ ਅਕਸਰ ਦੀਪ ਸਿੱਧੂ ਇਸੇ ਤਰੀਕੇ ਦੀ ਦਸਤਾਰ ਸਜਾਉਂਦੇ ਸੀ ਕਿ ਉਹਨਾਂ ਦੇ ਜਨਮ ਦਿਨ ਮੌਕੇ ਇਸ ਤਰੀਕੇ ਦੀ ਦਸਤਾਰ ਸਜਾਈ ਖਲੇ ਕਰੋ ਯਾਰ ਲਿਵਿੰਗ ਸ਼ਰਧਾਂਜਲੀ ਹੈ ਉਸ ਨੂੰ ਯਾਦ ਕਰਨਾ ਹੈ ਹਾਂਜੀ ਬਿਲਕੁਲ ਇਹ ਮੇਰਾ ਗੁਰੂ ਦਾ ਅੰਦਰ ਕਿਹੜਾ ਉਹਦਾ ਪਿਆਰ ਆ ਆਈ ਕੇਮ ਟੂ ਸ਼ੋ ਹਿਮ ਦੈਟ ਆਈ ਐਮ ਵੈਲਕਮ ਐਂਡ ਆਈ ਐਮ ਹੇਅਰ ਟੂਡੇ ਤੁਹਾਡੇ ਵਾਸਤੇ ਕਿੰਨਾ ਇਮੋਸ਼ਨਲ ਹੈ ਅੱਜ ਦਾ ਦਿਨ ਯੈਸ ਇਟਸ ਵੈਰੀ ਵੈਰੀ ਇਮੋਸ਼ਨਲ ਉਹ ਜ਼ਿਆਦਾ ਇਮੋਸ਼ਨਲ ਆ ਦੀਪ ਇੱਥੇ ਹੈ ਨਹੀਂ ਅੱਜ ਦੀਪ ਦਾ ਪਿਆਰ ਦੀਪ ਦੀ ਮੌਤ ਤੋਂ ਬਾਅਦ ਅਚਾਨਕ ਅਗਲੇ ਦਿਨ ਅਮਰੀਕਾ ਦੌੜ ਜਾਂਦਾ ਉਹ ਪਿਆਰ ਕਿੱਥੇ ਸੀ ਤੁਹਾਡਾ ਉਹਦਾ ਕਾਰਨ ਕੀ ਸੀ ਉਹ ਚੀਜ਼ ਮੈਂ ਆਲਰੇਡੀ ਡਿਸਕਸ ਕਰਤੀ ਮੈਂ ਤੁਹਾਨੂੰ ਵੀ ਦੱਸਤਾ ਕੀ ਹੋਇਆ ਉਸ ਟਾਈਮ ਕਾਫੀ ਵੀਡੀਓਜ਼ ਆਲਰੇਡੀ ਤੁਹਾਨੂੰ ਚਾਹੁੰਦੇ ਹੈ ਨਾ ਕਿ ਅੰਮ੍ਰਿਤਸਰ ਦਾ ਮੀਡੀਆ ਇੰਟਰਨੈਸ਼ਨਲ ਮੀਡੀਆ ਆਇਆ ਚਾਹੁੰਦੇ ਇਸ ਪਤਾ ਲੱਗੇ ਮੈਂ ਕਿੱਥੇ ਨਹੀਂ ਭੱਜੀ ਕਾਰਨ ਕੀ ਸੀ ਤੁਹਾਡਾ ਇੱਥੋਂ ਜਾਣ ਦਾ ਉਹ ਇੱਕੋਦਮ ਫਿਰ ਮੀਡੀਆ ਦੇ ਸਾਹਮਣੇ ਆਉਣਾ ਹਾਂਜੀ ਹਾਂਜੀ ਉਹ ਮੈਂ ਫਿਰ ਬਾਹਰ ਗਈ ਸੀ ਫੈਮਿਲੀ ਨੇ ਮੈਨੂੰ ਬਾਹਰ ਦੇ ਸੈਟ ਮੀ ਆਊਟ ਫॉर ਪਰਸਨਲ ਸੇਫਟੀ ਰੀਜ਼ਨਸ ਇਸ ਵਕਤ ਪੰਜਾਬ ਦੀ ਜਿਹੜੀ ਨਜੂੜ ਹਾਲਾਤ ਦੇ ਬਾਵਜੂਦ ਕੀ ਕਹਿੰਦਾ ਸਭ ਕੁਝ ਪਤਾ ਸੀ ਪੰਜਾਬ ਦੇ ਵਿੱਚ ਕੀ ਹੋਇਆ ਸੀ ਐਕਸੀਡੈਂਟ ਦੇ ਉਹ ਸਿਰਫ ਇਟ ਐਕਸੀਡੈਂਟ ਸੀ ਹਾਂਜੀ ਉਹ ਤਾਂ ਲਾਸਟ 10 ਸਾਲ ਹੋ ਗਏ ਤੇ ਬਰਥਡੇ ਸੀ ਜੈਪੁਰ ਦੇ ਵਿੱਚ ਸੈਲੀਬ੍ਰੇਟ ਕੀਤਾ ਸੀ we went on a really long drive ਕਾਫੀ ਲੰਬੀ ਜਰਨੀ ਸੀ ਸਾਡੀ ਵੈਰੀ ਮੈਮੋਰੇਬਲ ਆ ਉਹ ਵੀ we got to ਮੈਡਮ ਇੱਕ ਹੋਰ ਸਵਾਲ ਹੈ ਤੁਹਾਡਾ ਵਿਰੋਧ ਬਹੁਤ ਹੋਇਆ ਮੈਡਮ ਸਾਹਮਣੇ ਮੈਡਮ ਤੁਹਾਡਾ ਵਿਰੋਧ ਬਹੁਤ ਹੋਇਆ ਵਿਰੋਧ ਬਹੁਤ ਹੋਇਆ ਕੀ ਕਹਿਣਾ ਚਾਹੁੰਦੇ ਹੋ ਸਾਰੇ ਲੋਕ ਤੁਹਾਡੇ ਕਿਹੜੇ ਸਵਾਲ ਕਰ ਰਹੇ ਉਹ ਤਾਂ ਗੁਰੂ ਸਾਹਿਬ ਨੂੰ ਸਾਰਾ ਕੁਝ ਪਤਾ ਹੈ ਨਾ ਮੈਂ ਅੱਜ ਕੱਲ ਤੱਕ ਤੇ ਆਈ ਹਾਂ ਸੱਚ ਨਹੀਂ ਤੁਹਾਡਾ ਲੋਕ ਵਿਰੋਧ ਕਰਦੇ ਇਟਸ ਓਕੇ ਉਹ ਚੀਜ਼ ਮੈਂ ਨਹੀਂ ਫਕੀਰ ਕਰਦੀ ਆਈ ਡੋਨਟ ਮਾਈਂਡ ਮੈਂ ਸਿਰਫ ਇਸੇ ਮੈਂ ਸੱਚ ਤੇ ਮੈਂ ਸੱਚ ਤੇ ਖੜੀ ਹਾਂ ਤਾਂ ਹਮੇਸ਼ਾ ਖੜੂੰਗੀ ਪੰਜਾਬ ਦੀ ਦੀਵਾਰ ਕੀ ਕਹਿਣਾ ਚਾਹੋਗੇ ਪੰਜਾਬ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ